ਲੋਕਸਭਾ ਚੋਣਾਂ ਵਾਸਤੇ ਹਰ ਪਾਰਟੀ ਵੱਲੋਂ ਆਪਣੇ ਆਪਣੇ ਨੁਮਾਇੰਦਿਆਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾ ਰਿਹਾ। ਜਿੱਥੇ ਪਾਰਟੀਆਂ ਵੱਲੋਂ ਨੁਮਾਇੰਦਿਆਂ ਨੂੰ ਉਤਾਰਿਆ ਜਾ ਰਿਹਾ, ਉੱਥੇ ਆਜ਼ਾਦ ਉਮੀਦਵਾਰ ਵੀ ਕਾਫੀ ਖੜੇ ਨੇ, ਜਿਹੜੇ ਲੋਕਾਂ ਦੇ ਹੱਕ ਵਾਸਤੇ ਮੈਦਾਨ ਦੇ ਵਿੱਚ ਉਤਰੇ ਨੇ। ਉਹਨਾਂ ਆਜ਼ਾਦ ਉਮੀਦਵਾਰਾਂ ਦੇ ਵਿੱਚੋਂ ਇੱਕ ਉਮੀਦਵਾਰ ਮਕਬੂਲਪੁਰੇ ਦਾ ਵੀ ਹੈਗਾ ਵਾ, ਜਿਨ੍ਹਾਂ ਦਾ ਨਾਮ ਹੈ ਮਹਿੰਦਰ ਸਿੰਘ। ਮਹਿੰਦਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਵੀ ਆਖਿਰ ਕੀ ਸੋਚ ਕੇ ਚੋਣਾਵਾਂ ਦੇ ਵਿੱਚ ਉਤਰੇ, ਜੇ ਮੈਦਾਨ ਦੇ ਵਿੱਚ ਉਤਰੇ ਜੇ ਲੋਕਾਂ ਵਾਸਤੇ ਕੀ ਕੀ ਕਰੋਗੇ। ਸਭ ਤੋਂ ਪਹਿਲੇ ਜਾਣਨਾ ਚਾਹਾਂਗੇ ਕਿ ਕੀ ਮਕਸਦ ਵਾ ਤੁਹਾਡਾ ਚੋਣਾਂ ਵਿੱਚ ਉਤਰਨ ਦਾ? ਦੇਖੋ ਜੀ, ਸਾਡਾ ਮਤਲਬ ਵੀ ਸਾਡੇ ਪੰਜਾਬ ਦੇ ਵਿੱਚ ਨਸ਼ਾ ਇਹਨਾਂ ਮੰਤਰੀਆਂ ਨੇ ਚਲਾਇਆ ਹੈ, ਔਰ ਸਾਡੇ ਨੌਜਵਾਨ ਬੱਚੇ ਜਿਹੜੇ ਆ ਉਹ ਮਰਦੇ ਜਾ ਰਹੇ ਨੇ। ਇਸ ਕਾਰਨ ਅਸੀਂ ਨਸ਼ਾ ਢਾਉਣ ਦੇ ਵਾਸਤੇ ਆਪਣੀ ਜਥੇਬੰਦੀ ਜਿਹੜੀ ਆ ਆਲ ਇੰਡੀਆ ਗਰੀਬ ਜਨਤਾ ਦਲ ਦੇ ਨਾਂ ਦੇ ਉੱਤੇ ਚਲਾ ਰਹੇ ਹਾਂ, ਹਰ ਥਾਂ 'ਤੇ ਅਸੀਂ ਜਥੇਬੰਦੀਆਂ ਕਰ ਰਹੇ ਹਾਂ। ਅਤੇ ਮੇਰੇ ਦੋ ਲੜਕੇ ਮੇਰੇ ਮਰ ਗਏ ਨੇ, ਔਰ ਦੋ ਇੱਕ ਮੇਰਾ ਭਰਾ ਮਰ ਗਿਆ ਨੌਜਵਾਨ, ਜਿਹੜਾ ਸਾਡਾ ਘਰ ਹੀ ਬਰਬਾਦ ਹੋ ਗਿਆ ਹੈ। ਇਸ ਕਾਰਨ ਅਸੀਂ ਗਰੀਬ ਜਨਤਾ ਦਲ 92 ਦੇ ਵਿੱਚ ਅਸੀਂ ਚਲਾਇਆ, 92 ਜੀ ਮੈਂ ਇਲੈਕਸ਼ਨ ਲੜੀ ਆ ਸਾਈਕਲ ਦਾ ਨਿਸ਼ਾਨੀ, ਉਦੋਂ ਫਿਰ ਅਸੀਂ ਨੀਂਹ ਬੱਝੀ ਆ ਆਲ ਇੰਡੀਆ ਗਰੀਬ ਜਨਤਾ ਦਲ ਦੀ। ਅਤੇ ਅਸੀਂ ਹਰ ਇਲਾਕੇ ਵਿੱਚ ਅਸੀਂ ਗਰੀਬਾਂ ਦਾ ਰਾਜ ਲਿਆਉਣਾ, ਕਿਉਂ ਗਰੀਬ ਜਿਹੜੇ ਇਹਨਾਂ ਦੇ ਹੱਥੋਂ ਦੁਖੀ ਹੋ ਗਏ ਨੇ, ਹੁਣ ਗਰੀਬ ਚਾਹੁੰਦੇ ਨੇ ਵੀ ਆਪਣਾ ਅਸੀਂ ਸਾਡੀਆਂ ਵੋਟਾਂ ਸਾਡੀਆਂ ਅਤੇ ਰਾਜ ਸ਼ਾਹੂਕਾਰ ਦਾ ਮੀਰਾਂ ਦਾ ਨਹੀਂ ਆਉਣਾ ਚਾਹੀਦਾ। ਅਤੇ ਤੁਸੀਂ ਕਹਿ ਰਹੇ ਗੱਲ ਕਰਦੇ ਪਏ ਜੇ ਕਿ ਸਾਡੇ ਮੇਰੇ ਦੋ ਬੇਟੇ ਮਰ ਗਏ ਨੇ, ਭਰਾ ਮਰਿਆ ਵਾ, ਉਹ ਕਿਸ ਵਜ੍ਹਾ ਕਰਕੇ ਕਿਸ ਤਰ੍ਹਾਂ ਮਰੇ ਨੇ? ਉਹ ਮਰੇ ਜੀ, ਪਹਿਲਾਂ ਟੀਕੇ ਲਾਉਂਦੇ ਰਹੇ, ਮੁੜ ਕੇ ਸਮੈਕ ਚੱਲ ਗਈ। ਮੈਂ ਬਥੇਰਾ ਡੱਕਦਾ ਰਿਹਾ ਵੀ ਇਹ ਕੰਮ ਨਾ ਕਰੋ, ਮੈਂ ਕੁੱਟਲਾ ਮਾਰਦਾ ਵੀ ਰਿਹਾ, ਫਿਰ ਮੈਂ ਕੰਮ 'ਤੇ ਚਲੇ ਜਾਂਦਾ, ਰਿਕਸ਼ਾ ਲੈ ਕੇ ਵੀ ਚਲੇ ਜਾਂਦਾ ਉਹਨਾਂ ਮਗਰੋਂ, ਮਤਲਬ ਪੀ ਲੈਣੀ। ਪਰ ਹੁਣ ਕਿਤਨਾ ਆਪਾਂ ਡੱਕ ਸਕਦੇ ਹਾਂ, ਚੱਤੀ ਪੈਰ ਜਾਂਦੇ ਕੋਲ ਹੁੰਦੇ ਤਾਂ ਹੀ ਦੋ ਵਾਰ ਮੈਂ ਹਸਪਤਾਲ ਦਾਖਲ ਵੀ ਕਰਾਏ, ਨਹੀਂ ਫਿਰ ਵੀ ਨਹੀਂ ਬਚਾ ਹੋਇਆ। ਮਹਿੰਦਰ ਸਿੰਘ ਜੀ, ਲੋਕਾਂ ਦਾ ਮਨੋਬਲ ਜਿਹੜਾ ਹੈ ਟੁੱਟ ਚੁੱਕਿਆ ਵਾ, ਲੋਕ ਹਮੇਸ਼ਾ ਸਰਕਾਰਾਂ ਜਿਹੜੀਆਂ ਵੀ ਆਉਂਦੀਆਂ ਨੇ ਵਾਅਦੇ ਕਰਦੀਆਂ ਪਰ ਵਾਅਦੇ ਨਹੀਂ ਪੂਰੇ ਕੀਤੇ ਜਾਂਦੀਆਂ, ਕਿਸ ਤਰ੍ਹਾਂ ਤੁਹਾਡੇ ਵਾਅਦਿਆਂ ਉੱਤੇ ਜਿਹੜੇ ਤੁਸੀਂ ਵਾਅਦੇ ਕਰੋਗੇ, ਕਿਸ ਤਰ੍ਹਾਂ ਲੋਕ ਸੋਚਣਗੇ ਕਿ ਇਹ ਵਾਅਦੇ ਪੂਰੇ ਕੀਤੇ ਜਾਣਗੇ ਤੁਹਾਡੇ ਵੱਲੋਂ? ਕਿਉਂਕਿ ਜ਼ਿਲ੍ਹਾ ਅੰਮ੍ਰਿਤਸਰ ਦੀ ਮੈਂ ਚੋਣ ਲੜ ਰਿਹਾ, ਜ਼ਿਲ੍ਹਾ ਅੰਮ੍ਰਿਤਸਰ ਦੀ ਸੀਟ ਆ ਜਿੱਤਣੀ ਵੀ ਆ। ਜਦੋਂ ਜ਼ਿਲ੍ਹਾ ਅੰਮ੍ਰਿਤਸਰ ਦੀ ਸੀਟ ਦੇ ਗਰੀਬ ਜਿਹੜੇ ਨੇ ਉਹਨਾਂ ਦਾ ਭਲਾ ਹੋ ਗਿਆ, ਉਹਨਾਂ ਦੇ ਕਾਰੋਬਾਰ ਚੱਲ ਗਏ, ਆਪੇ ਉਹਨਾਂ ਨੇ ਗਾਂਹ ਸਰਕਾਰਾਂ ਬਣਾਉਣੀਆਂ ਸ਼ੁਰੂ ਕਰ ਦੇਣੀਆਂ ਨੇ। ਪਰ ਹੁਣ ਮਕਸਦ ਤਾਂ ਹੋਣ ਵਾ ਕਿ ਹੁਣ ਜਿਹੜੀ ਸਰਕਾਰ, ਤੁਸੀਂ ਕਹਿੰਦੇ ਪਏ ਕਿ ਮੈਂ ਇੱਥੇ ਤਾਂ ਉਮੀਦਵਾਰ ਖੜਾ ਵਾਂ ਅਤੇ ਮੈਨੂੰ ਲੋਕ ਜੇਤੂ ਕਰਾਰ ਦੇਣਗੇ, ਪਰ ਲੋਕਾਂ ਨੂੰ ਵਿਸ਼ਵਾਸ ਕਿਸ ਤਰ੍ਹਾਂ ਦਿਲਾਓਗੇ ਕਿ ਤੁਸੀਂ ਕੰਮ ਕਰੋਗੇ? ਕਿਉਂਕਿ ਪਹਿਲੇ ਤਾਂ ਵਿਸ਼ਵਾਸ ਦਿਲਾਉਣਾ ਪਏਗਾ ਨਾ, ਕਿਸ ਤਰ੍ਹਾਂ ਦਿਲਾਓਗੇ? ਇਹ ਤਾਂ ਮੈਂ ਜਨਾਬ ਲੋਕਾਂ ਦੇ ਕੰਮ ਅੱਗੇ ਵੀ ਕਰ ਰਿਹਾ, ਘਰ ਕਈਆਂ ਗਰੀਬਾਂ ਦੇ ਘਰ ਜਿਹੜੇ ਖੋਲ੍ਹ ਲੈਣੇ ਉਹ ਵੀ ਬਚਾ ਰਿਹਾ, ਉਹ ਕਈਆਂ ਦੇ ਇਹਨਾਂ ਨੇ ਖੋਹ ਵੀ ਕਿਉਂ ਇਹਨਾਂ ਦੀਆਂ ਸਰਕਾਰਾਂ, ਕਈਆਂ ਕਿਸੇ ਘਰ ਖੋਲ੍ਹ ਲੈਂਦੇ। ਇੱਕ ਸਾਡਾ ਰਿਕਸ਼ਾ ਚਾਲਕ ਆ ਵਿਚਾਰਾ, ਉਹਦੀ 12-1 ਵਜੇ ਉਹਨਾਂ ਨੇ ਹਮਲਾ ਕੀਤਾ ਉਹਨਾਂ ਦੇ ਘਰ, ਉਹਨਾਂ ਦਾ ਕਬਜ਼ਾ ਸਾਰਾ ਸਮਾਨ ਉਹਨਾਂ ਨੇ ਲੈ ਵੀ ਗਏ, ਉਹਦੀ ਘਰ ਦੀ ਵੀ ਉਹਨੂੰ ਸੱਟਾ ਲੱਗ ਗਏ, ਦਹੀਂ ਵੀਹ ਦਿਨੀ ਉਹ ਮਰ ਗਈ, ਜਿਹੜੀ ਅਜੇ ਤੱਕ ਕੋਈ ਕਾਰਵਾਈ ਨਹੀਂ ਉੱਤੇ ਵੀ ਚੱਲੀ। ਅਤੇ ਇਹੋ ਜਿਹੇ ਮਸਲੇ ਜਿਹੜੇ ਸਾਡੇ ਗਰੀਬਾਂ ਉੱਤੇ ਤਾਂ ਕਸ਼ਾ ਹੀ ਹੁੰਦੀ ਆ, ਇਹਨਾਂ ਨੂੰ ਰੋਕਣ ਵਾਸਤੇ ਗਰੀਬ ਜਨਤਾ ਦਲ ਹੀ ਰੋਕ ਸਕਦਾ, ਹੋਰ ਕੋਈ ਨਹੀਂ ਰੋਕ ਸਕਦਾ। ਪ੍ਰਚਾਰ ਕਿਸ ਤਰ੍ਹਾਂ ਕਰੋਗੇ ਆਪਣਾ? ਕਿਉਂਕਿ ਪ੍ਰਚਾਰ ਵਾਸਤੇ ਪੈਸਾ ਚਾਹੀਦਾ, ਕੁਝ ਪੈਸਾ ਚਾਹੀਦਾ ਵਾ, ਕਿਸ ਤਰ੍ਹਾਂ ਪ੍ਰਚਾਰ ਕੀਤਾ ਜਾਏਗਾ? ਦੇਖੋ ਜੀ, ਪੈਸੇ ਦੀ ਗੱਲ ਨਹੀਂ, ਸਾਡਾ ਮਨ ਹੋਣਾ ਚਾਹੀਦਾ ਹੈ, ਮਨ ਦੇ ਨਾਲ ਜਿਹਦਾ ਦਿਲ ਹੈ ਨਾ ਉਹਦਾ ਸਾਰਾ ਹੀ ਕੁਝ ਹੋ ਰਿਹਾ ਹੈ। ਜਨਤਾ ਹੁਣ ਵੀ ਮੈਂ ਖਲੋਤਾ ਨਾ, ਇਲੈਕਸ਼ਨ ਲੜੀ ਆ, ਲੜ ਰਿਹਾ, ਹੁਣ ਵੀ ਜਨਤਾ ਨੇ ਪੈਸੇ ਵੀ ਲਾਉਣੇ, ਵੋਟ ਵੀ ਪਾਉਣੀ ਆ, ਅਤੇ ਮੈਂ ਤਾਂ ਕਿਸੇ ਕੋਲ ਪੈਸਾ ਮੰਗਦਾ ਵੀ ਨਹੀਂ, ਮੇਰਾ ਪ੍ਰਚਾਰ ਵੈਸੇ ਸਰਕਾਰ ਵੀ ਕਰ ਦਿੰਦੀ ਆ, ਜਿਹੜੇ ਗਨਮੈਨ ਅਫਸਰ ਮਿਲਦੇ ਨੇ ਉਹ ਵੀ ਸਾਡਾ ਪ੍ਰਚਾਰ ਕਰ ਦਿੰਦੇ ਨੇ, ਪਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਅੱਗੇ ਵਧੀਏ। ਸੋ ਅੱਗੇ ਵਧਣ ਦਾ ਜਿਹੜਾ ਚਾਅ ਵਾ, ਉਹ ਜਿਹੜਾ ਵੀ ਜਿੰਨੇ ਵੀ ਮੈਦਾਨ 'ਚ ਉਤਰੇ, ਹਰ ਇੱਕ ਦਾ ਇਹੋ ਹੀ ਦਾਅਵਾ ਹੁੰਦਾ ਕਿ ਅਸੀਂ ਹੀ ਜਿੱਤਾਂਗੇ, ਸਾਡੇ ਸਾਨੂੰ ਜਿੱਤ ਜਿਹੜੀ ਲੋਕਾਂ ਵੱਲੋਂ ਪੱਕੀ ਮਿਲੇਗੀ। ਪਰ ਜਦੋਂ ਸਾਹਮਣਾ ਕਰਨਾ ਪੈਂਦਾ ਕਿਸੇ, ਤੁਹਾਨੂੰ ਆਪਾਂ ਇੱਕ ਗੱਲ ਹੋਰ ਪੁੱਛਣਾ ਚਾਹਾਂਗੇ ਕਿ ਕਦੋਂ ਦੇ ਤੁਸੀਂ ਚੋਣਾਂ ਦੇ ਵਿੱਚ ਉਤਰ ਚੁੱਕੇ ਜੇ, ਕਿੰਨੀਆਂ ਹੁਣ ਤੱਕ ਚੋਣਾਂ ਲੜ ਚੁੱਕੇ ਜੇ? ਚੋਣਾਂ ਮੈਂ ਕਾਫੀ ਲੜੀਆਂ ਆ, 75 ਤੋਂ ਚੱਲਿਆ, ਜਦੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ 'ਚ ਚੋਣ ਲੜਿਆ, ਦੋ ਲੜਿਆ, ਇੱਕ ਵਾਰ ਜਦੋਂ ਮੈਂ ਪਹਿਲੀ ਇਲੈਕਸ਼ਨ ਲੜੀ ਆ, ਸਾਡੀਆਂ ਗਰੀਬਾਂ ਦੀਆਂ ਵੋਟਾਂ ਨਹੀਂ ਹੁੰਦੀਆਂ, ਗੁਰਦੁਆਰੇ ਦੀ ਵੋਟ ਨਹੀਂ ਬਣਾਉਂਦੇ, ਉਹ ਆਪਣੀਆਂ ਵੋਟਾਂ ਬਣਾ ਕੇ ਅਤੇ ਆਪੇ ਜਿੱਤ ਜਾਂਦੇ, ਆਪੇ ਪਾ ਗਏ। ਮੁੜ ਕੇ ਉਸ ਤੋਂ ਬਾਅਦ ਮੈਂ ਲੜਿਆ, ਮੈਨੂੰ ਰਿਕਸ਼ੇ ਦਾ ਨਿਸ਼ਾਨ ਮਿਲਿਆ, ਮੈਂ 1000 ਵੋਟ ਬਣਾਏ, ਮੈਨੂੰ ਸਿਰਫ 300 ਵੋਟ ਪਈ ਸੀ। ਮੁੜ ਕੇ ਉਸ ਤੋਂ ਬਾਅਦ ਮੈਂ ਕਾਰਪੋਰੇਸ਼ਨ ਦੀ ਇਲੈਕਸ਼ਨ ਲੜੀ, ਉਹਦੇ 'ਚ ਇੱਕ ਮੈਨੂੰ ਮਿਲੀ ਸੀ ਬੱਸ ਦਾ ਨਿਸ਼ਾਨ ਮਿਲਿਆ, ਅਤੇ ਇਸ ਕਰਕੇ ਬਸ ਮੁੜ ਕੇ 92 ਜਿਹੜੀ ਲੜੀ ਆ, ਉਦੋਂ ਮੈਂ ਆਪਣੀ ਪਾਰਟੀ 'ਚ ਲਈ, ਹੁਣ ਮੈਂ ਥੱਲੇ ਵਾਲੀ ਇਲੈਕਸ਼ਨ ਨਹੀਂ ਲੜਦਾ, ਹੁਣ ਪਾਰਲੀਮੈਂਟ ਦੀਆਂ ਚੋਣਾਂ ਵੀ ਲੜੀਆਂ, 92 ਵੀ ਲੜੀ ਆ, ਔਰ 1991 'ਚ ਜਿਹੜੀਆਂ ਚੋਣਾਂ ਰੱਦ ਹੋ ਗਈਆਂ ਉਹ ਵੀ ਮੈਂ ਲੜੀਆਂ। ਜੇ ਇਹਨਾਂ ਸਰਕਾਰਾਂ ਨੇ ਕਿਹਾ ਵੀ ਜਿਹੜੇ ਖਲੋਤੇ ਆ ਉਹਨਾਂ ਨੂੰ ਅਸੀਂ ਖਰਚਾ ਵੀ ਦਿਆਂਗੇ, ਪਰ ਇਹਨਾਂ ਨੇ ਖਰਚਾ ਕੋਈ ਨਹੀਂ ਦਿੱਤਾ, ਅਸੀਂ ਉਹ ਇਹਨਾਂ ਨੇ ਰੱਦ ਕਰ ਦਿੱਤੇ। ਕਦੀ ਕਦੀ 92 'ਚ ਵੀ 14 'ਚ ਵੀ ਮੈਂ ਇਲੈਕਸ਼ਨ ਲੜੀ ਆ, ਐਟੋ ਦਾ ਨਿਸ਼ਾਨ ਸੀ, ਅਤੇ ਮੁੜ ਕੇ 12 'ਚ ਵੀ ਲੜੀ ਆ, ਉਦੋਂ ਮੇਰਾ ਲੈਟਰ ਬਖਸ਼ੇ ਦਾ ਨਿਸ਼ਾਨ ਸੀ, ਉਹ ਸਿੱਧੂ ਦੀ
ਸਿੰਧੂ ਦੇ ਕਰਦੇ ਦੇ ਮੁਕਾਬਲੇ 'ਤੇ ਉਦੋਂ ਮੈਨੂੰ ਇੱਕੇ ਇਲਾਕੇ 'ਚ 1500 ਵੋਟ। ਕਦੀ ਤੁਹਾਨੂੰ ਔਫਰ ਆਈ ਹੈ ਕਿ ਬਹਿ ਜਾਓ ਚੋਣਾਂ ਤੋਂ ਥੱਲੇ ਬਹਿ ਜਾਓ, ਨਾ ਖੜ੍ਹੇ ਹੋਵੋ, ਨਾ ਮੈਦਾਨ ਜਾਓ, ਕਦੀ ਔਫਰ ਦਿੱਤੀ ਕਿਸੇ ਨੇ? ਇਹ ਦੇਖੋ ਜੀ, ਸਾਡੇ ਬੰਦੇ ਆਪਣੀ ਜਿਹੜੇ ਮੈਂਬਰ ਸੀ ਨਾ ਬਣਦੇ ਗਰੀਬ ਜਨਤਾ ਦਲ ਦੇ, ਉਹ ਵੀ ਮੁੜ ਕੇ ਪਤਾ ਨਹੀਂ ਉਹਨਾਂ ਦੀ ਝੋਲੀ 'ਚ ਪੈ ਜਾਂਦੇ ਆ। ਉਹ ਵੀ ਕਹਿ ਦਿੰਦੇ ਨੇ ਆਪਾਂ ਪੈਸੇ ਲੈ ਲਈਏ, ਘਰ ਬਣਾ ਲਓ, ਬਣਾ ਬਣਾ ਲਓ। ਮੈਂ ਦਲ ਦਾ ਮਾਲਕ ਬਣ ਗਿਆ, ਮੈਂ ਨਹੀਂ ਬਹਿਣਾ ਉਹਨਾਂ ਉਹਨਾਂ ਨੂੰ, ਆਹ ਆਪਣੇ ਬੰਦੇ ਕੈਂਡੀਡੇਟ ਪਾ ਲੈਣ, ਇਹ ਗੱਲਾਂ ਚੱਲਦੀਆਂ ਜੀ। ਕਿੰਨਾ ਚੁਣੌਤੀ ਜਿਹੜੀ ਹੈ, ਚੁਣੌਤੀ ਕਿਹੜੀ ਰਹੇਗੀ ਤੁਹਾਡੇ ਵਾਸਤੇ, ਕਿਉਂਕਿ ਮੈਦਾਨ ਦੇ ਵਿੱਚ ਕਾਫੀ ਉਮੀਦਵਾਰ ਉਤਰੇ ਹੋਏ ਨੇ, ਸਭ ਤੋਂ ਜ਼ਿਆਦਾ ਵੱਡੀ ਚੁਣੌਤੀ ਕੌਣ ਰਹੇਗਾ ਤੁਹਾਡੇ ਵਾਸਤੇ? ਵੇਖੋ ਜੀ, ਇਹੀ ਤਾਂ ਚਾਹੁੰਦੇ ਹਾਂ ਵੀ ਗਰੀਬ ਜਨਤਾ ਦਲ ਦੀਆਂ ਵੋਟਾਂ ਚੱਲਦੀਆਂ ਹਰ ਥਾਂ 'ਤੇ, ਇਹ ਝੂਠ ਮਾਰ ਕੇ ਗਰੀਬਾਂ ਦੀਆਂ ਵੋਟਾਂ ਲੈਂਦੇ ਨੇ, ਝੂਠਾ ਹੈ ਇਹਨਾਂ ਦੇ, ਚੱਲਣ ਨਹੀਂ ਦੇਣਾ। ਇਸ ਕਾਰਨ ਸਾਡੀ ਜਥੇਬੰਦੀ ਹਰ ਇਲਾਕਿਆਂ 'ਚ ਆ, ਪਿੰਡਾਂ 'ਚ ਆ, ਔਰ ਇਲਾਕਿਆਂ 'ਚ ਵੀ ਆ, ਸ਼ਹਿਰਾਂ 'ਚ ਵੀ, ਜਿੱਥੇ ਅਸੀਂ ਬੈਠੇ ਇੱਥੇ ਵੀ ਆ, ਸਾਰੇ ਸਾਡੇ ਆਪਣੇ ਬੰਦੇ ਗਰੀਬ ਭਰਾ ਨੇ, ਇਹ ਵੀ ਵੋਟਾਂ ਸਾਨੂੰ। ਕੋਈ ਤਾਂ ਬੰਦਾ ਸੋਚ ਕੇ ਬੈਠਾ ਹੁੰਦਾ ਵਾ ਕਿ ਇਹਦੇ ਨਾਲ ਮੇਰੀ ਟੱਕਰ ਹੋਣੀ ਹੈ, ਕੋਈ ਇੱਕ ਟਾਰਗੇਟ ਬੰਦੇ ਦਾ ਹੁੰਦਾ ਜ਼ਰੂਰ ਕਿ ਮੇਰੀ ਇਹਦੇ ਨਾਲ ਟੱਕਰ ਹੋਣੀ। ਟੱਕਰ ਕਿਹਦੇ ਨਾਲ ਮੰਨਦੇ ਜੀ? ਸਾਡੀ ਇਹਨਾਂ ਨਾਲ ਜਾਂ ਮੀਰਾਂ ਨਾਲ, ਕੋਈ ਦਿੱਲੀਓਂ ਆ ਗਿਆ, ਕੋਈ ਇੱਥੋਂ ਦਾ ਹੀ ਹੋ ਗਿਆ, ਮੀਰ ਆ ਆਉਂਦੇ ਨੇ ਸਾਡੇ ਮੁਕਾਬਲੇ 'ਤੇ, ਇਹਨਾਂ ਨੇ ਟੱਕਰ, ਦੂਜਿਆਂ ਨੇ ਟੱਕਰ ਆਏ ਜੀ। ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ ਪਿਆ? ਲੋਕਾਂ ਵੱਲੋਂ ਮੈਂ ਦੱਸਿਆ ਵੀ ਸਾਡੀਆਂ ਹਰ ਇਲਾਕਿਆਂ ਦੇ ਵਿੱਚ ਜਥੇਬੰਦੀਆਂ ਨੇ, ਹਰ ਇਲਾਕਿਆਂ 'ਚ ਹੁੰਗਾਰਾ ਮਿਲ ਰਿਹਾ, ਟੈਲੀਫੋਨ ਵੀ ਕਰ ਰਹੇ ਹਾਂ, ਔਰ ਤੁਹਾਡੇ ਵੱਲੋਂ ਵੀ ਪ੍ਰਚਾਰ ਸਾਡਾ ਜਾ ਰਿਹਾ ਹੈ ਹਰ ਪਿੰਡਾਂ 'ਚ। ਮਸ਼ੀਨ ਤੁਸੀਂ ਰੱਖੀ ਹੋਈ ਸੀ ਉੱਪਰ, ਸਿਲਾਈ ਮਸ਼ੀਨ ਤੁਹਾਨੂੰ ਚੋਣ ਨਿਸ਼ਾਨ ਮਿਲਿਆ ਸੀ, ਇਹ ਮਸ਼ੀਨ ਇਸ ਤਰ੍ਹਾਂ ਰੱਖ ਕੇ ਉੱਪਰ, ਅਤੇ ਹੋਰ ਕਿਹੜੇ ਤਰੀਕੇ ਨਾਲ ਆਪਣਾ ਪ੍ਰਚਾਰ ਕਰੋਗੇ, ਕਿਉਂਕਿ ਮਸ਼ੀਨ ਉੱਪਰ ਰੱਖੀ ਸੀ, ਇਸ ਤਰੀਕੇ ਨਾਲ ਇੱਕ ਪ੍ਰਚਾਰ ਕਰਦੇ ਪਏ ਜੀ, ਹੋਰ ਕਿਹੜੇ ਕਿਹੜੇ ਤਰੀਕੇ ਵਰਤੋਗੇ ਪ੍ਰਚਾਰ ਵਾਸਤੇ? ਵੇਖੋ ਜੀ, ਇਸ਼ਤਿਹਾਰਾਂ ਦੇ ਵਿੱਚ ਵੀ ਆਏਗਾ, ਬੋਰਡ ਮੈਂ ਛੱਪਣੇ ਦੇ ਦਿੱਤੇ ਨੇ, ਉਹ ਅੱਜ ਕੱਲ੍ਹ ਨੂੰ ਲੱਗ ਜਾਣਗੇ, ਕੱਲ੍ਹ ਤੋਂ ਬੋਰਡ ਲਾ ਕੇ ਗੱਡੀਆਂ ਨਾਲ ਪ੍ਰਚਾਰ ਸਾਡਾ ਸ਼ੁਰੂ ਹੋ ਜਾਵੇ। ਅਤੇ ਮਸ਼ੀਨ ਇਸ ਤਰ੍ਹਾਂ ਉੱਪਰ ਰਹੇਗੀ? ਨਹੀਂ ਜੀ, ਮਸ਼ੀਨ ਜਦ ਫੋਟੋ ਆ ਗਈਆਂ, ਮਸ਼ੀਨ ਆਪਾਂ ਲਾ ਲਾਂਗੇ, ਮਸ਼ੀਨ ਲਾ ਲਾਂਗੇ। ਸੋ ਬਹੁਤ ਬਹੁਤ ਧੰਨਵਾਦ, ਇਹ ਗੱਲਬਾਤ ਕੀਤੀ ਹੈ ਮਹਿੰਦਰ ਸਿੰਘ ਜੀ ਦੇ ਨਾਲ, ਜਿਹੜੇ ਆਜ਼ਾਦ ਉਮੀਦਵਾਰ ਖੜ੍ਹੇ ਨੇ, ਅਤੇ ਉਹਨਾਂ ਦਾ ਦਾਅਵਾ ਵਾ ਕਿ ਅੰਮ੍ਰਿਤਸਰ ਦੀ ਜਿਹੜੀ ਸੀਟ ਵਾ ਇਹਨਾਂ ਦੀ ਚੋਲੀ ਦੇ ਵਿੱਚ ਅੰਮ੍ਰਿਤਸਰ ਦੇ ਲੋਕ ਪਾਉਣਗੇ। ਪਰ ਹੁਣ ਦੇਖਣਾ ਹੋਏਗਾ ਕਿ 19 ਤਰੀਕ ਨੂੰ ਜਿਹੜੀਆਂ ਚੋਣਾਂ ਦੀ ਜਿਹੜੀ ਗਤੀਵਿਧੀ ਸ਼ੁਰੂ ਹੁੰਦੀ, ਉਹਦੇ ਵਿੱਚ ਜਨਤਾ ਦੀ ਕਚਹਿਰੀ ਦੇ ਵਿੱਚ ਕੌਣ ਜੇਤੂ ਹੁੰਦਾ ਅਤੇ ਕੌਣ ਹਾਰੂ ਹੁੰਦਾ ਵਾ, 23 ਤਰੀਕ ਨੂੰ ਰਿਜ਼ਲਟ ਆਉਣਾ ਵਾ, ਅਤੇ ਉਸ ਤੋਂ ਬਾਅਦ ਹੀ ਇਹ ਸਾਰੀਆਂ ਗੱਲਾਂ ਕਨਫਰਮ ਹੋਣਗੀਆਂ। ਕੈਮਰਾਮੈਨ ਦੀਪਕ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 9563 9563।